ਦੁੱਖ ਨਚਮਿਆ ਥੋੜੀ ਵੇਂਦ ਕੁੱਟੀ ਮਾਰੀ ਬੋੜੀ ਵੇਂਦ ਸ਼ਾਇਕ ਲੱਗਦੇ ਵਕਤ ਚ ਆ ਗਈ ਯਾਰ ਜੋ ਸਾਰੇ ਛੋੜੀ ਵੇਂਦ ਕੁਨਤ ਕਾਤਿਲ ਬਣਾ ਲਖਪਾਲ ਬਈ ਦੀ ਫਰਮਾਇਸ਼ ਵਾ ਵਾ ਫਰਮਾਇਸ਼ ਕੀਤੀ ਨੇ ਸਾਡੇ ਉੱਤੇ ਦੋਸਤੋ ਇਸ ਸੋਹਣੇ ਪ੍ਰੋਗਰਾਮ ਦਾ ਨਾਂ ਦੇ ਲਖਪਾਲ ਦੇ ਨਾਲ ਤਾਲੀ ਤਾਂ ਸੁਣਾ ਰਹੇ ਜ਼ਬਰਦਸਤ ਲਖਪਾਲ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨੇ ਜਨਾਬ ਵੀਡੀਓ ਕੋ ਲਾਈਕ ਕਰਨੇ ਇਹ ਤੁਹਾਡੇ ਵਾਸਤੇ ਨਾਜ਼ਰੀਨ ਵਾਸਤੇ ਪ੍ਰੋਗਰਾਮ ਸਜਾਏ ਸੇ ਉਮੀਦ ਹੈ ਤੋ ਪਸੰਦ ਆ ਸੀ ਜੀ ਖਲੀਲ ਖਾਨ ਨਾ ਕੁਨਤ ਕਾਤਿਲ ਮਕਤਲ ਦਾ ਆਵਣ ਛੋੜ ਗਈ ਜ਼ਖਮੀ ਜਿਗਰ ਮਾ ਅਸਲਾਮ ਵਾਲੇਕੁਮ ਦੋਸਤੋ ਮੈਂ ਹਾਂ ਲਾਜਪਾਲ ਸਿਆਲ ਅਤੇ ਤੁਸੀਂ ਸਾਡੇ ਦੇ ਪਿਓ ਯੂਟਿਊਬ ਚੈਨਲ ਲਾਜਪਾਲ ਲੋਕ ਤਮਾਸ਼ਾ ਫੇਸਬੁੱਕ ਲਾਈਵ ਲਾਜਪਾਲ ਲੋਕ ਤਮਾਸ਼ਾ ਦੋਸਤੋ ਜਿਵੇਂ ਕਿ ਹਮੇਸ਼ਾ ਤੁਹਾਨੂੰ ਲਾਜਪਾਲ ਲੋਕ ਤਮਾਸ਼ਾ ਨਵੇਂ ਨਵੇਂ ਟੈਲੈਂਟ ਦੇ ਨਾਲ ਨਵੇਂ ਨਵੇਂ ਫਨਕਾਰਾਂ ਨਾਲ ਆਪਣੇ ਸਰਾਇਕੀ ਕਲਚਰ ਕੋ ਆਪਣੇ ਸਰਾਇਕੀ ਵਸੇਬ ਕੋ ਤੁਹਾਡੇ ਨਾਲ ਤੁਹਾਨੂੰ ਦਿਖਾਉਣ ਵਾਸਤੇ ਨਵੇਂ ਨਵੇਂ ਫਨਕਾਰਾਂ ਨਾਲ ਤੁਹਾਨੂੰ ਮਿਲਵੈਂਦਾ ਰਹਿਵੇਂ ਦੇ ਇਵੇਂ ਹੀ ਅੱਜ ਮੈਂ ਕੋਟ ਕੈਸਰਾਣੀ ਦੇ ਵਿੱਚ ਡੂ ਨਾਬੀਨਾ ਫਨਕਾਰ ਡੂ ਜਿਹਨੇ ਡਿਸਬਿਲਿਟੀ ਕੋ ਆਪਣੀ ਮਾਜ਼ੂਰੀ ਨਹੀਂ ਬਣਾਇਆ ਆਪਣੀ ਕਮਜ਼ੋਰੀ ਨਹੀਂ ਬਣਾਇਆ ਆਪਣੀ ਮਿਹਨਤ ਕੀਤੀ ਔਰ ਮੈਂ ਉਮੀਦ ਕਰੇ ਸਾਂ ਜੋ ਤੁਸੀਂ ਦੋਸਤ ਇਹਨੇ ਕੋ ਬਹੁਤ ਜ਼ਿਆਦਾ ਸਪੋਰਟ ਕਰੇ ਸੋ ਸ਼ੇਅਰ ਕਰੇ ਸੋ ਲਾਈਕ ਕਰੇ ਸੋ ਇਹਨੇ ਨਾਲ ਤੁਹਾਡੀ ਮੁਲਾਕਾਤ ਕਰਵੈਂਦੇ ਹਾਂ ਇਹਨਾਂ ਤੁਹਾਨੂੰ ਕੋ ਸੁਣਵੈਂਦੇ ਵੀ ਹੈ ਬਹੁਤ ਸੋਹਣੀ ਆਵਾਜ਼ ਹੈ ਬਹੁਤ ਸ਼ਾਨਦਾਰ ਇਹਨਾਂ ਦੇ ਵਿੱਚ ਜਿਹੜੇ ਕੁਆਲਿਟੀਜ਼ ਹਨ ਹੈਰਤ ਅੰਗੇਜ਼ ਕੁਆਲਿਟੀਜ਼ ਹਨ ਤੁਸੀਂ ਦੇਖ ਕੇ ਤੁਹਾਡਾ ਦਿਲ ਖੁਸ਼ ਦੀ ਸੀ ਆਓ ਅਸਲਾਮ ਅਲੈਕੁਮ ਸਰ ਵਾਲੇਕੁਮ ਸਲਾਮ ਵਰਹਮਤੁਲਾਹ ਬਰਕਾਤ ਤੁਹਾਡੇ ਨਾਂ ਸੀ ਮੁਹੰਮਦ ਖਲੀਲ ਜੀ ਜਨਾਬ ਬੜੀ ਖੁਸ਼ੀ ਥੀ ਕਿ ਅਸਾਂ ਬਹੁਤ ਮਸ਼ਹੂਰ ਹੈ ਲਾਜਪਾਲ ਲੋਕ ਤਮਾਸ਼ਾ ਚੈਨਲ ਦੇ ਤੇ ਜਨਾਬ ਭਾਈ ਲਾਜਪਾਲ ਹੋਣੇ ਤੁਹਾਡੇ ਸਾਈਂ ਬਹੁਤ ਮਸ਼ਹੂਰ ਹੈ ਕਿ ਸਾਡੇ ਕੋਲ ਪਹਿਲੇ ਕਾਲ ਦੇ ਉੱਤੇ ਇਤਨੀ ਤਰਜੀਹ ਦਿੱਤੀ ਹੈ ਸਾਡਾ ਹੌਸਲਾ ਵਧਾਵੇ ਅਸਾਂ ਤੁਹਾਡੇ ਬਹੁਤ ਮਸ਼ਹੂਰ ਹੈ ਜਨਾਬ ਬਿਲਕੁਲ ਜਨਾਬ ਮੇਰਾ ਨਾਂ ਸੀ ਇਰਫਾਨ ਸਰਾਇਕੀ ਤੁਸੀਂ ਦੇਦੇ ਪਹਿਲਾਂ ਦੇ ਮੇਰੇ ਆਪਣਾ ਚੈਨਲ ਵੀ ਹੈ ਪਿਆ ਅਤੇ ਮੇਰੇ ਫੇਸਬੁੱਕ 'ਤੇ ਇਰਫਾਨ ਸਰਾਇਕੀ ਨਾਲ ਤੁਹਾਡੀਆਂ ਮੁਲਾਕਾਤ ਹੋਈ ਪਹਿਲਾਂ ਦੇ ਦੋਸਤਾਂ ਦੀ ਅਤੇ ਜੀ ਜਨਾਬ ਮੇਰਾ ਇਲਾਕਾ ਕੋਟ ਕਸਰਾਣੀ ਤਹਿਸੀਲ ਤਾਂਸਾ ਜ਼ਿਲ੍ਹਾ ਡੇਰਾ ਗਾਜ਼ੀ ਖਾਨ ਇਰਫਾਨ ਸਰਾਇਕੀ ਤੁਹਾਡੇ ਨਾਲ ਹੈ ਅਤੇ ਮਾਸ਼ਾਅੱਲਾ ਬੜੀ ਖੁਸ਼ੀ ਥਈ ਹੈ ਅੱਜ ਜਨਾਬ ਅਸਾਂ ਈ ਟਾਈਮ ਬਿੰਡੀ ਦੇ ਵਿੱਚ ਤਸ਼ਰੀਫ ਫਰਮਾ ਹੈ ਅਤੇ ਜਨਾਬ ਸਾਡੀ ਬੜੀ ਕੋਸ਼ਿਸ਼ ਹੁੰਦੀ ਹੈ ਕਿ ਅਸਾਂ ਨਬੀਨਾ ਹਜ਼ਰਾਤ ਕੋਲ ਇਕੱਠਾ ਕਰੋਂ ਨਬੀਨਾ ਹਜ਼ਰਾਤ ਇੱਕ ਬੇ ਕੋ ਮਿਲੋ ਜੁਲੋ ਔਰ ਮੇਰੀ ਮਿਹਨਤ ਤੇ ਮੈਂ ਤਹਿਸੀਲ ਤੌਂਸੇ ਦੇ ਨਬੀਨਾ ਅਫਰਾਦ ਨਾਲ ਮੁਲਾਕਾਤ ਕਰਨ ਵਾਸਤੇ ਕਾਫੀ ਕੋਸ਼ਿਸ਼ ਕਰਨ ਦਾ ਅਰਦਾਸ ਹਨ ਦੋਸਤੋ ਲਖਪਾਲ ਚੈਨਲ ਕੋ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਕਿਉਂ ਸਬਸਕ੍ਰਾਈਬ ਕਰੇ ਸੋ ਸਾਡਾ ਹੌਸਲਾ ਵਧਸੀ ਅਤੇ ਲਖਪਾਲ ਹੁਣੀ ਸਾਕੋ ਦਿਲੀ ਮੁਹੱਬਤਾਂ ਨੇ ਦਰਾ ਸਨ ਸਬਸਕ੍ਰਾਈਬ ਕਰਨ ਤੇ ਕੋਈ ਪੈਸੇ ਨਹੀਂ ਲੱਗਦੇ ਜੇ ਕਾਲ ਕਰਾਂਦੇ ਹੋ 15 ਪੈਸੇ ਲੱਗਦੇ ਨੇ ਇਹਦੇ 15 ਪੈਸੇ ਕਾਏ ਨਹੀਂ ਵੀਡੀਓ ਕੋ ਲਾਈਕ ਕਰੇ ਸੋ ਅਤੇ ਸ਼ੇਅਰ ਕਰੇ ਸੋ ਇਨਸ਼ਾਅੱਲਾ ਅਵਲ ਜਨਾਬ ਲਖਪਾਲ ਹੁਣੀ ਕਰਾਂ ਹੁਕਮ ਖਿੰਦੇ ਹੈ ਕਿਆ ਹੁਕਮ ਕਰਨ ਦਾ ਤਾਮੀਲ ਕਰੇ ਸੋ ਬਿਲਕੁਲ ਸਹੀ ਇਹ ਤੁਹਾਡੀ ਮੁਲਾਕਾਤ ਕਰਨ ਦੇ ਪਾਸੇ ਇਰਫਾਨ ਸਰਾਇਕੀ ਸਾਹਿਬ ਹੁਣੀ ਨਾਲ ਤੇ ਹੁਣ ਜਿਹੜਾ ਇਹਨਾਂ ਤੁਹਾਡੇ ਖਲੀਲ ਭਾਈ ਹੁਣੀ ਦਾ ਇਹਨਾਂ ਦਾ ਮੁਖਤਸਰ ਜਿਹਾ ਤਾਰੁਫ ਇਹਨਾਂ ਦੀ ਆਪਣੀ ਜ਼ਬਾਨ ਦੇ ਵਿੱਚ ਮੈਂ ਚਾਹਾਂ ਜੋ ਖਲੀਲ ਖਾਨ ਆਪਣੇ ਮੇਰੇ ਨਾਜ਼ਰੀਨ ਕੋ ਤੁਸੀਂ ਆਪਣਾ ਤਾਰੁਫ ਆਪਣੀ ਜ਼ਬਾਨੀ ਕਰਵਾਓ ਇਹਨਾਂ ਨੂੰ ਕਿਆ ਸੁਣਵੇ ਸੋ ਤੇ ਤੁਹਾਡੇ ਵਿੱਚ ਕਿਆ ਆਪਣਾ ਦੱਸੇ ਸੋ ਨਾਜ਼ਰੀਨ ਕੋ ਆਪਣਾ ਤਾਰੁਫ ਨਾਜ਼ਰੀਨ ਗੱਲ ਹੈ ਮੇਰੇ ਦੋਸਤ ਮੇਰਾ ਉਹ ਬਜ਼ੁਰਗੋ ਬਾਤਵਾਜਾ ਮੁਹੱਬਤਾਂ ਮਨ ਮੈਂ ਪਹਿਲੇ ਤੁਹਾਨੂੰ ਕਸੀਦਾ ਸੁਣਿਆ ਸਾਂ ਇਨਸ਼ਾਅੱਲਾ ਅੱਲਾ ਅੱਲਾ ਦੇ ਹੁਕਮ ਨਾਲ ਤੁਹਾਡੇ ਦੁਆਈ ਦਾ ਸਦਕਾ ਹੋਵੇ ਅਸਾਂ ਨਾਜ਼ਰੀਨ ਕਿਨੇ ਇਹ ਤਵੱਕਕ ਰਹਿੰਦੇ ਨੇ ਕਿ ਸਾਡੇ ਤਹਿਸੀਲ ਤੌਂਸਾ ਜ਼ਿਲ੍ਹਾ ਡੇਰਾ ਗਾਜ਼ੀ ਖਾਨ ਦੇ ਅੰਦਰ ਔਰ ਆਪਣਾ ਕੋਟ ਤੋਂ ਇਲਾਕਾ ਥੀ ਗਿਆ ਜਿਹੜੇ ਜਿਹੜੇ ਨਬੀਨਾ ਹਜ਼ਰਾਤ ਆਪਣੇ ਮਜ਼ਦੂਰੀ ਕੋ ਪਰੇਸ਼ਾਨੀ ਦੇ ਵਿੱਚ ਖਿੰਨ ਕੇ ਬੈਠਣ ਥੇ ਉਹ ਬਿਲਕੁਲ ਪਰੇਸ਼ਾਨ ਨਾ ਥੀਵੇਂ ਉਹ ਸਾਡੇ ਨਾਲ ਰਾਬਤਾ ਕਰਨ ਲਖਪਾਲ ਸਾਹਿਬ ਹੁਣੇ ਕਿਨੇ ਗੁਜ਼ਾਰਿਸ਼ ਹੈ ਕਿ ਸਕਰੀਨ ਦੇ ਵਿੱਚ ਸਾਡਾ ਨੰਬਰ ਸ਼ੋ ਕਰੇ ਸਨ ਜਿਹੜੇ ਜਿਹੜੇ ਨਬੀਨਾ ਹਜ਼ਰਾਤ ਤੇ ਸਾਡੇ ਨਾਲ ਰਾਬਤਾ ਕਰੇ ਸੋ ਦੇਖੋ ਅਸਾਂ ਆਪਣੀ ਮਜ਼ਦੂਰੀ ਕੋ ਮਜ਼ਦੂਰੀ ਨਹੀਂ ਸਮਝਾ ਅਸਾਂ ਮਿਹਨਤ ਕੀਤੀ ਹੈ ਅੱਜ ਮਾਸ਼ਾਅੱਲਾ ਸਾਕੂ ਜਿਹੜੇ ਸੈਟਡ ਬੰਦੇ ਹਨ ਆਪਣੀ ਸਰਾਇਕੀ ਦੇ ਵਿੱਚ ਅੱਖ ਉੱਚਾ ਦੇਖਣ ਫਾਣ ਵਾਲੇ ਬੰਦੇ ਹਨ ਉਹ ਸਾਡੇ ਨਾਲ ਮੁਹੱਬਤਾਂ ਕਰਦੇ ਹਨ ਔਰ ਅਸਾਂ ਉਹਨਾਂ ਦੇ ਨਾਲ ਜੁੜੇ ਹੁੰਦੇ ਹਾਂ ਇਹ ਤੁਸੀਂ ਰਾਈਟ ਮੋਬਾਈਲ ਲੈਦੇ ਪਾਓ ਯਕੀਨ ਕਰੋ ਇਹ ਲਖਪਾਲ ਸਾਹਿਬ ਨਬੀਨਾ ਦੀ ਅੱਧੀ ਮਜ਼ਦੂਰੀ ਇਹ ਨਬੀਨਾ ਦੀ ਅੱਧੀ ਮਜ਼ਦੂਰੀ ਦੂਰ ਕਰ ਗਏ ਈਂ ਕਹਿੰਦੇ ਅਸਾਂ ਨੋਟਾਂ ਦੀ ਮਾਲੂਮਾਤ ਖਿੰਨ ਖਿੰਦੇ ਇਹ 500 ਵਾਲਾ ਨੋਟ ਈਂ ਲਿਖੇ ਬਦਲਾਂ ਬੇਸਾ ਕੋਈ ਨੋਟ ਦੇਖ ਦਿਓ 20 ਵਾਲਾ ਨੋਟ ਹੈ ਦੁਕਾਨਦਾਰ ਕੋਲ ਉਹਨੇ 50 ਵਾਲਾ ਜਾਂ ਕਿਹੜਾ ਹੈ ਅਸਾਂ ਇਹਦੀ ਮਦਦ ਨਾਲ ਖਿੰਨ ਖਿੰਦੇ ਹਾਂ ਅਤੇ ਔਰ ਉਹਦੇ ਬਾਅਦ ਜਨਾਬ ਇਹ ਤੁਸੀਂ ਯੂਟਿਊਬ ਆਪ ਚਲਾ ਸਕਸੋ ਫੇਸਬੁੱਕ ਵਟਸਐਪ ਅਸਾਂ ਨਾ ਬਿਨਾਂ ਜਿੰਨੇ ਦੋਸਤ
ਇਹ ਮਜ਼ਦੂਰੀ ਦੇ ਸ਼ਿਕਾਰ ਕੋ ਘਿਨ ਕੇ ਪਰੇਸ਼ਾਨ ਬੈਠਣ ਥੈ ਇਹ ਪਰੇਸ਼ਾਨ ਥਿਉਣ ਦੀ ਬਿਲਕੁਲ ਜ਼ਰੂਰਤ ਕਹਿਣੀ ਸਾਲ ਨਾਲ ਰਾਬਤਾ ਕਰੇ ਸੋ ਤੁਹਾਨੂੰ ਐਂਡਰਾਇਡ ਮੋਬਾਈਲ ਸਿੱਖੇ ਸੋ ਬਿਲਕੁਲ ਤੁਸੀਂ ਕੋ ਆਪ ਯੂਜ਼ ਕਰ ਸਕਸੋ ਇਹਦੇ ਵਿੱਚ ਪੜ੍ਹਨ ਲਿਖਣ ਵਾਲੀ ਗੱਲ ਬਿਲਕੁਲ ਕਹਿਣੀ ਇੱਕ ਹਰ ਬੰਦਾ ਚਲਾ ਸਕਦੇ ਚਾਹੇ ਪੜ੍ਹਾ ਲਿਖਾ ਹੋਵੇ ਜਾਂ ਅਨਪੜ੍ਹ ਹੋਵੇ ਠੀਕ ਹੈ ਬਿਲਕੁਲ ਮੇਰੀ ਇਤਨੀ ਤਾਲੀਮ ਕਹਿਣੀ ਮੈਂ ਵੱਲ ਵੀ ਇਹ ਮੋਬਾਈਲ ਚਲਾ ਗਿੰਦਾ ਟਾਈਮ ਦੀ ਮਾਲੂਮਾਤ ਖੁਦ ਕਰ ਗਿੰਦਾ ਬੈਟਰੀ ਦਾ ਪਤਾ ਲੱਗ ਪੈਂਦੇ ਇਹ ਹਰ ਸ਼ਹਿਰ ਦੇ ਉੱਤੇ ਅਲਵੇਸੀ ਔਰ ਇਹ ਤੁਹਾਡਾ ਸਾਥ ਦੇ ਸੀ ਅੱਛਾ ਦੋਸਤੋ ਇੱਕ ਨਾ ਮੈਂ ਤੁਹਾਨੂੰ ਆਪਣੇ ਨਾਜ਼ਰੀਨ ਕੋ ਮੈਂ ਇੱਕ ਗੱਲ ਦੱਸਿੰਦਾ ਜੁੱਲਾ ਮੇਰੇ ਵਾਸਤੇ ਹੈਰਾਨ ਕੁਨ ਗੱਲ ਇਹ ਜੋ ਇਰਫਾਨ ਬਾਈ ਦਾ ਇੱਕ ਛੋਟਾ ਜਿਹਾ ਬਿਜ਼ਨਸ ਵੀ ਹੈ ਅੱਛਾ ਖਾਸਾ ਉਹ ਜਿਹਦੇ ਵਿੱਚ ਇਹ ਲੋਡ ਦਾ ਕੰਮ ਸ਼ਾਮ ਕਰ ਰਹੇ ਉਹ ਕਿਆ ਹੈ ਸਹੀ ਉਹ ਇਹਦੀ ਮਦਦ ਨਾਲ ਸੀ ਇਹ ਐਂਡਰਾਇਡ ਮੋਬਾਈਲ ਹੈ ਜੀ ਜ਼ਰਾ ਮਾਈਕ ਜ਼ਰਾ ਰੱਖ ਸਕਦੇ ਉੱਤੇ ਬਿਨਾਂ ਆਵਾਜ਼ ਸੁਣਦੇ ਨਹੀਂ ਪਲੇ ਬਟਨ ਨੰਬਰ ਲਿਖੋ ਅਸਾਂ ਆਪਣਾ ਰੋਜ਼ੀ ਕਰ ਕੇ ਰੋਜ਼ਗਾਰ ਹੈ ਸਾਡਾ ਈਜ਼ੀ ਲੋਡ ਹਵਾਲੇ ਨਾਲ ਈਜ਼ੀ ਪੈਸਾ ਈਜ਼ੀ ਲੋਡ ਅਜੇ ਨਵੇਂ ਦੋਸਤ ਜਿਹੜਾ ਨਾ ਮੋਬਾਈਲ ਵੀ ਆਪਣਾ ਆਪ ਚਲਾ ਕੇ ਅੱਛਾ ਖਲੀਲ ਬਾਈ ਤੁਹਾਨੂੰ ਕਿਵੇਂ ਪਤਾ ਲੱਗਦਾ ਤੁਸੀਂ ਤਾਂ ਐਂਡਰਾਇਡ ਯੂਜ਼ ਨਹੀਂ ਕਰਨ ਦਾ ਤੁਸੀਂ ਬਟਣ ਵਾਲਾ ਮੋਬਾਈਲ ਯੂਜ਼ ਕਰਨ ਦੇ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਦੋਸਤ ਦਾ ਨੰਬਰ ਮਿਲਾ ਹੋਣਾ ਬਾਈ ਇਹ ਮੋਬਾਈਲ ਆ ਗਿਆ ਸਹੀ ਇਹ ਮੋਬਾਈਲ ਹੈ ਸਹੀ ਅੱਛਾ ਇਹਦੇ ਉੱਤੇ ਮੇਰਾ ਨੰਬਰ ਮਿਲਾ ਕੇ ਦਿਖਾਓ ਜੀ ਤੁਹਾਡਾ ਨੰਬਰ ਸਹੀ 0377 ਦੇ ਲੈ ਜਿਹੜਾ ਸਾਰੇ ਨਾਜ਼ਰੀਨ ਕੋ ਨਹੀਂ ਦੱਸਣਾ ਅੱਛਾ ਸਹੀ ਇਹ ਦੇਖੋ ਸਰ ਤੁਹਾਡਾ ਨੰਬਰ ਹੈ ਵਾਹ ਵਾਹ ਬਿਲਕੁਲ ਅੱਛਾ ਜੀ ਇਹ ਸਹੀ ਇਹ ਵੀ ਨਾ ਦੁਆਏ ਦੇ ਮਾਸ਼ਾਅੱਲਾ ਇਤਨੇ ਬੇਪਨਾਹ ਕੁਆਲਿਟੀਜ਼ ਦੇ ਮਾਲਕ ਹਨ ਅੱਜ ਹੁਣ ਤੁਹਾਨੂੰ ਸੁਣੇ ਦੇ ਪਏ ਹੁਣ ਮੈਂ ਖਲੀਲ ਬਾਈ ਕੋ ਆਖਸਾਂ ਸਭ ਤੋਂ ਪਹਿਲੇ ਸਾਗੂ ਕਿਆ ਸੁਣੇ ਦੇ ਪਏ ਕਸੀਦਾ ਸੁਣੋ ਮੈਨੇ ਸਹੀ ਬਿਸਮਿਲ੍ਲਾ ਇਜਾਜ਼ਤ ਹੈ ਇਨ ਸਹੀ ਬਿਲਕੁਲ ਵਾਹ 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 ਠੀਕ ਸਾਰੇ ਦੋਸਤ ਰਲ ਕੇ ਤਾਲੀ ਸੁਣਾ ਦੇਸੋ ਸ਼ਖਸ ਆਵਾਰਾ ਘੁੰਮਦਾ ਕਰ ਅਮਲੇ ਦਾ ਨੁਕਸਾਨ ਬਹੁ ਬੇਚਿੰਤਾ ਰਾਤ ਕੁਸਮਦਾ ਏ ਵਰਦ ਵਰੀ ਰੱਬ ਆਖੇ ਮੈਂ ਬਖਸ਼ ਦਿੱਤੇ ਮੇਰੇ ਯਾਰ ਦੇ ਨਾ ਕੋ ਚੁੰਮਦਾ ਅੱਲਾ ਦੇ ਅਲੀ ਸ਼ਿਬਰੀਨ ਉੱਤੇ ਇੱਕ ਤਾਰਾ ਚਮਕ ਮਰੇ ਨਾ ਮੈਂ ਤੂੰ ਪਹਿਲੇ ਕੌਣੋ ਸੀ ਜਿਬਰੀਲ ਇਵੇਂ ਰੋਜ਼ ਸੋਚੇਂਦਾ ਪਰ ਨਾ ਜਲਦੇ ਲਗਨਾ ਲਵੇਂਦਾ ਤੇ ਇਹ ਹਸਰਤ ਦਿਲ ਵਿੱਚ ਪੈਣਾ ਆਜ਼ਾਦ ਜਦਾਂ ਪਤਾ ਲੱਗ ਗਏ ਸੀ ਪਿੱਛੇ ਰੋਜ਼ ਮਦੀਨੇ ਵੇਨਾ ਬੜਾ ਲਜਪਾਲੇ ਲੇ
ਉਹ ਲੱਗੀਆਂ ਨਿਭਾ ਜਾਣ ਦੇ ਜਿਹਦੇ ਕੋਲੋਂ ਤੂੰ ਸਰਦੇ ਜਿਹਦੇ ਕੋਲੋਂ ਤੂੰ ਸਰਦੇ ਉਹ ਅਰਸ਼ਾਂ ਦੇ ਰਾਹ ਜਾਣ ਦੇ ਬੜਾ ਲਜਪਾਲ ਸਗੀਆਂ ਨਿਭਾ ਸਹੇਲ ਕੋ ਛਲ ਦਿਖਲਾ ਮਨਸੂਰ ਦੇਵਾਂਗੇ ਸੂਲੀ ਚਲੇ ਯਾ ਭਾਨ ਅਮਰੂਦ ਚ ਜਲ ਦਿਖਲਾ ਪੱਥਰੀਲੀ ਰੇਤ ਤੇ ਸੈਦਾਨੇ
ਕਿਵੇਂ ਰਾਤ ਗੁਜ਼ਾਰੀ ਆਦਾਸੇ ਰਾਤ ਚਾਲੀਸਾ ਲਜਰੁਨਾ ਓ ਸਜਾਦ ਬਹਾਰੀ ਆਦਾਸੀ ਜਦ ਆਦਰ ਤੇ ਯਾਸੀਨ ਪੜੀ ਵੇਕਰ ਬਲ ਦਾ ਕਾਰੀ ਆਦਾਸੀ ਭਾਜਣ ਦੇ ਬੜਾ ਲਜਪਾਲੇ ਲੱਗੀਆਂ ਨਿਭਾਜਣ ਦੇ ਜਾਂਦੇ ਕੋਲੋ ਤੂੰ ਸਰਦੇ ਜਾਂਦੇ ਕੋਲੋ ਤੂੰ ਸਰਦੇ ਅਰਸ਼ ਦੇ ਰਾਜਣ ਦੇ ਬੜਾ ਲਜਪਾਲੇ ਲੱਗੀਆਂ ਨਿਭਾਜਣ ਦੇ ਬੜਾ ਲਜਪਾਲੇ ਸੋਨਾ ਮੇਰਾ ਪੀਰ ਗਾਜੀਏ ਤੇ ਜਿੱਤ ਬੀਬੀ ਸਹਾਰਾ ਦੀਏ ਸੋਨਾ ਮੇਰਾ ਕੋਲੋ ਤੂੰ ਸਰਦੇ ਜਾਂਦੇ ਕੋਲੋ ਤੂੰ ਸਰਦੇ ਅਰਸ਼ ਦੇ ਰਾਜਣਦੇ ਬੜਾ ਲਜਪਾਲੇ ਲੱਗੀਆਂ ਨਿਭਾਜਣਦੇ ਬੜਾ ਲਜਪਾਲੇ ਬੜਾ ਲਜਪਾਲੇ ਜੀ ਜਨਾਬ ਕਮਾਲ ਮਿਹਰਬਾਨੀ ਜਨਾਬ ਖਲੀਲ ਸਾਹਿਬ ਬਹੁਤ ਮਿਹਰਬਾਨੀਆਂ ਮਾਸ਼ਾਅੱਲਾ ਬੜੀ ਅੱਛੀ ਆਵਾਜ਼ ਹੈ ਪਈ ਬਹੁਤ ਸ਼ੁਕਰੀਆ ਜਨਾਬ ਬੜਾ ਜ਼ਬਰਦਸਤ ਆਪਣਾ ਆਵਾਜ਼ ਦਾ ਜਾਦੂ ਜਗ੍ਹਾ ਖਲੀਲ ਭਾਈ ਅਤੇ ਹੁਣ ਜਿਹੜਾ ਹੈ ਨਾ ਮੈਂ ਰਿਕੁਐਸਟ ਕਰੇ ਸਾਂ ਇਰਫਾਨ ਭਾਈ ਕੋ ਕਿ ਇਹ ਕਸ਼ਾ ਸੁਣਵੇ ਸਨ ਔਰ ਇਹਨਾਂ ਦੇ ਨਾਲ ਸਾਂਝ ਕਰੇ ਸਨ ਖਲੀਲ ਭਾਈ ਕੀਤੀ ਤਰਸ ਤਮੰਨਾ ਜੀਂਦੀਏ ਅਨ ਚੁੱਕੀ ਮੋਏ ਮੁਸਤਾਨ ਦੋ ਗਏ ਮੇਰੇ ਨਿਸ਼ਾਨ ਵੀ ਨਹੀਂ ਲੱਭਣੇ ਜਿਵੇਂ ਰੁਸ ਕੇ ਰੂਹ ਅਸਮਾਨ ਦਾ ਹਲੇ ਖਾਨ ਸਜਾਦ ਕੋ ਤੂੰ ਆਮਿਲ ਜਿਵੇਂ ਸਸਰੀ ਆਪਣੇ ਖਾਨ ਦੋ ਗਏ ਤੂੰ ਮਗਦਾ ਸੀ ਇਰਫਾਨ ਭਾਈ ਜੀ ਜੀ ਦੋਰੇ ਤੇ ਤਵੱਜੋ ਲਜਪਾਲ ਭਾਈ ਵਾਹ ਦੋਰੇ ਤੇ ਤਵੱਜੋ ਦਾ ਵਾਹ ਤੂੰ ਮਗਦਾ ਸੀ ਮਗ ਚਲੇ ਮੰਗ ਜਗਾ ਦਿੱਤੀ ਰਾਤ ਪਰਵਾਹ ਕਰੀ ਤੇ ਕੁਦਲ ਵਿੱਚ ਬਹਾਨ ਦੀ ਜਾ ਦੇਨਾ ਤੋਲੇ ਆਪਣੇ ਬਾਰ ਦੀ ਜਾ ਮੇਰੀ ਸਹਰੀ ਜਾਇਦਾਦ ਤੇ ਨਾ ਤੇਰੇ ਤੇ ਕੁਨਾ ਦੇਵਾ ਪਿਆਰਾ ਕੇ
ਜੀਵੇ ਖਲੀਲ ਖਾਨ। ਕੋਈ ਮੋਡਤ ਸਾਫਾ ਹੈ ਜ਼ਿੰਦਗੀ ਘਾਤੇ ਦੀ, ਇੱਕ ਮੌਤ ਮੁਨਾਫਾ ਏ। ਦੁਖਨ ਚਮਿਆ ਥੋੜੀ ਵੇਦਨ, ਕੁੱਟੀ ਮਾਰੀ ਬੋੜੀ ਵੇਦਨ ਬਾਵਾ। ਦੁਖਨ ਚਮਿਆ ਥੋੜੀ ਵੇਦਨ, ਕੁੱਟੀ ਮਾਰੀ ਬੋੜੀ ਵੇਦਨ। ਸ਼ਾਇਕ ਲੱਗਦੇ ਵਕਤ ਚ ਆ ਗਈ ਯਾਰ, ਜੋ ਸਾਰੇ ਛੋੜੀ ਵੇਦਨ। ਕੋਈ ਚਿੱਟੀ ਸਲਖਾ ਦੇ ਵੱਲ ਵੱਲ ਕਿਉਂ ਦੇ ਦੀ, ਨਿਮੀ ਵਤਨ ਤੁਆ ਦੇ ਦੀ। ਮੈਨਾ ਕੁਨਿਤ ਕਾਤਿਲ ਬਣਾ ਲਜਪਾਲ ਪਰ ਬਈ ਦੀ ਫਰਮਾਇਸ਼ ਵਾਵਾ ਫਰਮਾਇਸ਼ ਕੀਤੀ ਨੇ ਸਾਡੇ ਉੱਤੇ। ਦੋਸਤੋ ਜੀ, ਸੋਹਣੇ ਪ੍ਰੋਗਰਾਮ ਦੇ ਨਾਂ ਦੇ ਲਜਪਾਲ ਦੇ ਨਾਲ ਤਾਲੀ ਤਾਂ ਸੁਣਾ ਰਹੇ ਜ਼ਬਰਦਸਤ। ਲਜਪਾਲ ਦੇ ਚੈਨਲ ਕੋ ਸਬਸਕ੍ਰਾਈਬ ਜ਼ਰੂਰ ਕਰਨੇ ਜਨਾਬ, ਵੀਡੀਓ ਕੋ ਲਾਈਕ ਕਰਨੇ। ਇਹ ਤੁਹਾਡੇ ਵਾਸਤੇ ਨਾਜ਼ਰੀਨ ਵਾਸਤੇ ਪ੍ਰੋਗਰਾਮ ਸਜਾਏ ਸੇ, ਉਮੀਦ ਹੈ ਤੋ ਪਸੰਦ ਆਸੀ। ਜੀ ਖਲੀਲ ਖਾਨ। ਮੈਨਾ ਕੁਨਿਤ ਕਾਤਿਲ ਬਣਾ, ਮਕਤਲ ਦਾ ਆਵਣ ਛੋੜ ਗਈ,